ਕਿੱਥੋਂ ਆਉਣਾ ਤੁਸੀਂ? ਅਸੀਂ ਸਾਰਾ ਫਨਾਹ ਕਰਦੇ ਫਿਰਦੇ ਹੋ, ਦਰਖਤਾਂ ਦਾ ਯਾੜਾ ਕਰਦੇ ਫਿਰਦੇ ਹੋ। ਤੈਨੂੰ ਮੈਂ ਜਿਹੜੀ ਗੱਲ ਪੁੱਛਦਾ ਵੀ ਇਹਨੇ ਤੇਰਾ ਮੂੰਹ ਫੜਿਆ, ਉਹ ਖਾਈ ਜਾਂਦੀ, ਉਹਦਾ ਮੂੰਹ ਫੜ ਦੇਗਾ ਜਾ ਕੇ? ਹਜ਼ਾਰਾਂ ਪਸ਼ੂ ਤੁਸੀਂ ਲੈ ਕੇ ਰੋਜ਼ ਇੱਥੇ ਹਜ਼ਾਰਾਂ ਦਰਖਤਾਂ ਦਾ ਨੁਕਸਾਨ ਕਰਦੇ। ਉੱਤੋਂ ਜਾ ਕੇ ਹਜ਼ਾਰਾਂ ਮਿਲਦੇ ਸਨ, ਉਹ ਲੁਧਿਆਣਾ ਲੈ ਕੇ ਆ ਬਰਨਾਲੇ ਤੱਕ ਹੀ ਘੱਟੋ ਘੱਟ 20 ਟੋਲੇ ਮਿਲ ਗਏ ਸਨ। ਦਰਿਆ ਦੇ ਪਰਲੇ ਪਾਸੇ, ਹੁਣ ਪਹਿਲਾਂ ਦਰਿਆ ਦੇ ਪਰਲੇ ਪਾਸੇ ਤੁਸੀਂ ਗੰਦ ਪਾਇਆ, ਹੁਣ ਇੱਧਰ ਨੂੰ ਹੋ ਤੁਰੇ ਤੁਸੀਂ? ਸਾਡੀ ਜਗ੍ਹਾ ਇੱਥੇ ਮਹਿਲਕਾਂ ਲਈ ਹੋਈ ਹੈ, ਤੇਰੀ ਜਗ੍ਹਾ ਲਈ ਹੈ, ਤੇਰੀ ਆਹ ਵੀ ਜਗ੍ਹਾ ਲਈ ਹੈ? ਮੈਨੂੰ ਇੱਕ ਗੱਲ ਦਾ ਜਵਾਬ, ਤੂੰ ਕਹਿੰਦਾ ਸੀ ਮੈਂ ਗਰੀਬ ਹਾਂ, ਖੜੇ ਖੜੇ ਰਹਿ, ਗੱਲ ਸੁਣ, ਕਿੰਨੇ ਲੱਖ ਦਾ ਮਾਲ ਆ ਤੇਰੇ ਕੋਲੇ? ਲੱਖ ਲੱਖ ਡੂਢ ਡੂਢ ਲੱਖ ਦੀ ਮੱਝ ਆ ਸਾਡੇ ਕੋਲ, ਹੈ ਨੀ ਵੀਰੇ? ਸਾਰਿਆਂ ਕੋਲ ਹੀ ਆ, ਅਸੀਂ ਦੇਖਦੇ ਤੁਰੇ ਆਉਂਦੇ ਆ। ਜਣੇ ਹੁੰਦੇ ਕਈ ਬੰਦੇ, ਕਈ ਬੜਾ ਕੰਮ ਲੱਭਿਆ। ਜੇ ਤੂੰ ਗਰੀਬ ਆ, ਕਈ ਬੰਦੇ ਤਕੜੇ ਆ, ਗੱਲ ਸੁਣ, ਜੇ ਤੂੰ ਗਰੀਬ ਆ ਤੇ ਤੂੰ ਆ ਪਸ਼ੂ ਦਰਖਤ ਮਛਾਉਣੇ ਆ? ਨਹੀਂ ਮਛਾਉਂਦੇ। ਫੇਰ ਅਸੀਂ ਨੁਕਸਾਨ, ਤੂੰ ਬਹੁਤ ਜਾਗਰਤ ਹੈ ਮਹਿਲਕਾਂ ਜਿਹਨੂੰ ਯਾਰ ਵਾਰੀ ਵਾਰੀ ਤੂੰ ਇਹੀ ਗੱਲ ਕਰ ਰਿਹਾ। ਹੁਣ ਜੇ ਤੇਰੇ ਅਸੀਂ ਮਾਰਦੇ ਆ, ਕੋਈ ਛੱਤਰ ਪੌਲਾ ਕਰਦੇ ਆ, ਫਿਰ ਵੀ ਅਸੀਂ ਮਾੜੇ ਵੱਜਣੇ ਆ, ਗਰੀਬ ਬੰਦੇ ਨੂੰ ਕੁੱਟਦੇ ਆ। ਠੀਕ ਆ, ਚੱਕਰ ਕੀ ਹੈ ਪਤਾ ਕੀ ਹੈ, ਮਹਿਲਕਾਂ ਤੂੰ ਜਿਹਨੂੰ ਮਰਜ਼ੀ ਪੁੱਛ, ਉੱਥੇ ਬੂਟੇ ਲੱਗੇ ਆ। ਮੈਨੂੰ ਪਤਾ ਪਹਿਲਾਂ ਤੁਸੀਂ ਸਾਰਾ ਉਹ ਨਾਲ ਨਾਲ ਪਰਲੇ ਪਾਸੇ ਦਰਿਆ ਦੇ ਲੈ ਕੇ ਆ ਗੁਰਦਾਸਪੁਰ ਪਠਾਨਕੋਟ ਤੋਂ ਇੱਧਰ ਨੂੰ ਤੁਰੇ, ਹੁਣ ਤੁਸੀਂ ਆ ਸਾਡੇ ਜ਼ਿਲ੍ਹਿਆਂ 'ਚ ਵੜ ਗਏ, ਆ ਕੇ ਬਰਨਾਲਾ ਬਠਿੰਡਾ ਮਾਨਸਾ 'ਚ ਵੜ ਗਏ। ਹਜ਼ਾਰਾਂ ਬੰਦਾ ਤੁਹਾਡਾ ਤੇ ਹਜ਼ਾਰਾਂ ਪਸ਼ੂ ਲਈ ਫਿਰਦਾ ਹੈ, ਥੋੜੇ ਡੰਗਰ ਹੈ, ਅਸੀਂ ਚੱਲ ਉੱਥੇ ਪਲਾਟਾਂ ਰੱਖ ਲਾਂਗੇ। ਚੱਲ ਆ ਸੜਕ, ਤੂੰ ਕਹਿੰਦਾ ਸੜਕ ਨਹੀਂ ਚੱਲਦੀ, ਸੜਕ ਨਹੀਂ ਚੱਲਦੀ ਨਾ, ਕੋਈ ਸਰਕਾਰ ਸਾਲੀ ਤੁਹਾਡੀ ਖਾਤਰ ਕੋਈ ਕਾਨੂੰਨ ਬਣਾਉਂਦੀ ਹੈ? ਅੱਛਾ ਮੇਰੀ ਗੱਲ ਹੋਰ ਸੁਣ ਲਾ, ਐਕਸੀਡੈਂਟ ਤੁਸੀਂ ਕਰਾਉਂਦੇ ਹੋ ਹਾਈਵੇ ਉੱਤੇ ਲੈ ਕੇ, ਦੋ ਦੋ ਚਾਰ ਚਾਰ ਪਸ਼ੂ ਤੁਰ ਪੈਂਦੇ ਹੋ, ਉਹ ਕੀ ਨੁਕਸਾਨ ਕਰ ਰਹੇ ਤੁਸੀਂ ਲੋਕਾਂ ਦਾ? ਸਰਕਾਰ ਇੱਥੇ ਭਾਂਦੀ ਮਿੰਟ ਲਾਉਂਦੀ, ਸਾਡੇ ਵਰਗਾ ਚਲਾਨ ਕੱਟਣ ਲੱਗਿਆ ਵੜ ਕੇ ਰਸਤੇ, ਗਰੀਬਾਂ ਤੂੰ ਦੀ ਮਿੰਟ ਚ ਘੇਰ ਲੈਂਦਾ ਵੀ ਲਿਆਓ ਕਿੱਧਰ ਪਾਸੇ ਤੁਰਿਆ ਫਿਰਦਾ, ਤੁਹਾਨੂੰ ਹਜ਼ਾਰਾਂ ਪਸ਼ੂ ਨੂੰ ਰੋਕਦਾ? ਤੁਸੀਂ ਮੰਨ ਲਏ ਤੁਸੀਂ ਕਹਿ ਰਹੇ ਜੇ ਸੜਕੇ ਚੱਲ ਬੂਟੇ ਤੋੜ ਦੀਆਂ ਨਾ, ਅਸੀਂ ਉੱਥੇ ਪਲਾਟ ਪਲੂਟ ਹੈ ਮਾੜੇ ਮੋਟੇ, ਉੱਥੇ ਕਰਨਾ ਹੈ ਗੁਜ਼ਾਰਾ ਕਰਾਂਗੇ, ਹੋਰ ਕੀ, ਕਿਸੇ ਕੋਲ ਲੈ ਲਾਂਗੇ ਬਾਇਰਾ ਬੁਇਰਾ ਲੈ ਕਰਾਂਗੇ, ਇਹੀ ਹੈ ਸਭ ਤੋਂ। ਲੋਕਾਂ ਨੂੰ ਉੱਠਣਾ ਪੈਣਾ, ਲੋਕ ਤੁਹਾਨੂੰ ਡਾਂ ਖਿੱਚਣਗੇ ਤਾਂ ਤੁਸੀਂ ਖੜੋਗੇ, ਐਂ ਤੁਸੀਂ ਖੜਦੇ। ਜਿੰਨਾ ਨੁਕਸਾਨ ਤੁਸੀਂ ਕਰ ਰਹੇ ਹੋ ਇਸ ਵੇਲੇ, ਜਿੰਨਾ ਦਰਖਤਾਂ ਦਾ ਨੁਕਸਾਨ ਤੁਸੀਂ ਕੀਤਾ ਆ ਪਿਛਲੇ 4-5 ਸਾਲ ਤੋਂ, ਫਨਾਹ ਕਰਤਾ ਤੁਸੀਂ, ਜਿੱਥੋਂ ਲੰਘਣ ਲੱਗ ਜਾਂਦੇ ਵੀਰ ਜੀ, ਅਸੀਂ ਕਿਸੇ ਪਾਸੇ ਨਹੀਂ ਜਾਂਦੇ, ਚਾਹੇ ਤੂੰ ਸਾਨੂੰ ਦੇਖ ਵੀ ਲਈ, ਯਾਰ ਤੇਰੇ ਸਾਹਮਣੇ ਤੇਰੀ ਜਾਂਦੀਆਂ ਤੂੰ ਫੇਰ ਨਹੀਂ ਮੰਨਦਾ। ਕੋਈ ਦੱਸਾਂ ਨਾ ਕਿ ਮਹਿਲਕਾਂ ਤੋਂ ਉਰੇ ਪਰੇ ਕਿੱਥੇ ਜਾਂਦੇ ਜੀ, ਆ ਰੋਡ ਆ ਇੱਥੇ ਤੱਕ ਆਉਂਦੇ, ਇੱਥੋਂ ਮੁੜ ਕੇ ਫਿਰ ਮਹਿਲਕਾਂ ਚੱਲ ਜਾਂਦੀ ਹੈ, ਬਸ ਇਹੀ ਹੈ ਬਸ ਸਾਡਾ, ਹੋਰ ਕੋਈ ਉਰੇ ਪਰੇ ਕਿੱਥੇ ਜਾਣਦਾ ਨਹੀਂ। ਜਾਣਦਾ ਕੋਈ ਨਹੀਂ, ਤੈਨੂੰ ਕਦੇ ਫੇਰ ਮਿਲਾਂਗੇ ਕੋਈ।